ਹਾਂਜੀ ਦੋਸਤੋ ਸਾਸ਼ੀ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪੰਜ ਆਫ ਸਟੱਡੀ ਦੇ ਵਿੱਚ ਸੋ ਹਾਜ਼ਰਾਂ ਤੁਹਾਡੇ ਲਈ ਆਪਣੀ ਅੱਜ ਦੀ ਜਨਰਲ ਨੌਲੇਜ ਦੀ ਕਲਾਸ ਲੈ ਕੇ ਸੋ ਇਸ ਸੀਰੀਜ਼ ਦੇ ਵਿੱਚ ਆਪਾਂ ਤੁਹਾਡੇ ਲਈ ਇੰਪੋਰਟੈਂਟ ਕੁਐਸਚਨ ਲੈ ਕੇ ਆਉਂਦੇ ਆ ਜੋ ਕਿ ਪਿਛਲੇ ਸਾਲਾਂ ਦੇ ਵਿੱਚ ਜਿੰਨੇ ਵੀ ਤੁਹਾਡੇ ਪੇਪਰ ਹੋਏ ਨੇ ਉਹਨਾਂ ਦੇ ਵਿੱਚ ਵਾਰ-ਵਾਰ ਪੁੱਛੇ ਗਏ ਕੁਐਸਚਨ ਹੁੰਦੇ ਨੇ ਜਿਹੜੇ ਉਹਨਾਂ ਦੀ ਆਪਾਂ ਇਹ ਸੀਰੀਜ਼ ਤਿਆਰ ਕੀਤੀ ਹੈ ਸੋ ਇਸ ਸੀਰੀਜ਼ ਦਾ ਅੱਜ ਆਪਣਾ ਨੌਵਾਂ ਦਿਨ ਹੈਗਾ ਇਸ ਤੋਂ ਪਹਿਲਾਂ 8 ਕਲਾਸਾਂ ਇਸਤੀਆਂ ਹੋ ਚੁੱਕੀਆਂ ਨੇ ਜੇਕਰ ਪਹਿਲੀ ਵਾਰ ਚੈਨਲ ਦੇ ਨਾਲ ਜੁੜ ਰਹੇ ਹੋ ਤਾਂ ਤੁਸੀਂ ਪਿਛਲੀਆਂ 8 ਕਲਾਸਾਂ ਨੂੰ ਵੀ ਪਲੇਲਿਸਟ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਇਸ ਦੀ ਪਲੇਲਿਸਟ ਹੈ ਜਿਹੜੀ ਬਣਾ ਦਿੱਤੀ ਹੈ ਬਾਕੀ ਸਬਜੈਕਟਾਂ ਦੀਆਂ ਵੀ ਪਲੇਲਿਸਟਾਂ ਬਣੀਆਂ ਪਈਆਂ ਨੇ ਮੈਥ ਰੀਜ਼ਨਿੰਗ ਪੰਜਾਬ ਜੀਕੇ ਉਹ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਨਾਲ ਹੀ ਚੈਨਲ ਦੇ ਨਾਲ ਪਹਿਲੀ ਵਾਰ ਜੁੜ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੁਹਾਨੂੰ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਹੈਗਾ ਜਿਹੜਾ ਮਿਲਦਾ ਰਹੇ ਕੋਈ ਵੀ ਭਰਤੀ ਨਾਲ ਰਿਲੇਟਡ ਅਪਡੇਟ ਆਉਂਦੀ ਹੈ ਤੁਹਾਨੂੰ ਉਸ ਦੀ ਅਪਡੇਟ ਮਿਲਦੀ ਰਹੀਆ ਕਰੇਗੀ ਸੋ ਸਟਡੀ ਨੋਟਸ ਜੇਕਰ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਹੋ ਕਿਸੇ ਵੀ ਸਬਜੈਕਟ ਦੇ ਤਾਂ ਗੂਗਲ ਦੇ ਵਿੱਚ ਸਰਚ ਕਰ ਲੈਣਾ ਹੈਗਾ ਪੰਜ ਆਪ ਸਟਡੀ ਤੁਹਾਨੂੰ ਆਪਣੀ ਵੈਬਸਾਈਟ ਮਿਲ ਜਾਈਏ ਉੱਥੇ ਜਾ ਕੇ ਤੁਸੀਂ ਸਬਜੈਕਟ ਵਾਈਜ਼ ਨੋਟਸ ਨੂੰ ਰੀਡ ਕਰ ਸਕਦੇ ਹੋ ਚਲੋ ਪਹਿਲੇ ਪ੍ਰਸ਼ਨ ਦੇ ਵੱਲ ਚੱਲਦੇ ਹਾਂ ਜੀ ਕਲਾਸ ਨੂੰ ਲਾਈਕ ਜ਼ਰੂਰ ਕਰ ਦੇਣਾ ਹੈਗਾ ਪ੍ਰਸ਼ਨ ਨੰਬਰ 1 ਜੈਨ ਧਰਮ ਦੇ ਪਹਿਲੇ ਤੀਰਥੰਕਰ ਕੌਣ ਸਨ ਜੈਨ ਧਰਮ ਦੇ ਸਭ ਤੋਂ ਪਹਿਲੇ ਤੀਰਥੰਕਰ ਦੇਖੋ অপਸ਼ਨ A ਸੁਆਮੀ ਮਹਾਵੀਰ B 파르ਸ਼ਵਨਾਥ C ਰਿਸ਼ਭਦੇਵ D ਕੋਈ ਨਹੀਂ ਇਹਨਾਂ ਦੇ ਵਿੱਚੋਂ ਕੋਈ ਨਹੀਂ ਤਾਂ ਜਿਹੜਾ ਇਸ ਦਾ ਰਾਈਟ ਆਨਸਰ ਹੈਗਾ ਉਹ ਹੈ ਜੀ অপਸ਼ਨ C ਰਿਸ਼ਭਦੇਵ ਠੀਕ ਹੈ ਰਿਸ਼ਭਦੇਵ ਸੀਗੇ ਪਹਿਲੇ ਤੀਰਥੰਕਰ ਸੀਗੇ ਠੀਕ ਹੈ ਜੈਨ ਧਰਮ ਦੇ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 2 ਦੇ ਵੱਲ ਅੰਡੇਮਾਨ ਤੇ ਨਿਕੋਬਾਰ ਕਿਹੜੇ ਦੀਪ ਦੀਪ ਨੇਗੇ ਉਹਨਾਂ ਦੀ ਰਾਜਧਾਨੀ ਦਾ ਨਾਮ ਦੱਸੋ ਜੀ ਕੀ ਹੈ ਇਹਨਾਂ ਦੇ ਵਿੱਚੋਂ ਆਪਸ਼ਨ A ਪੋਰਟ ਬਲੇਅਰ B ਦਮਨ ਤੇ ਦੀਵ ਸੀ ਦਿੱਲੀ D ਗੰਗਟੋਕ ਠੀਕ ਹੈ ਕੋਈ ਰਾਜ ਕੋਈ ਰਾਜਧਾਨੀ ਤਾਂ ਤੁਸੀਂ ਇਹਨਾਂ ਚੀਜ਼ਾਂ ਦੇ ਵਿੱਚ ਉਲਝਣਾ ਨਹੀਂ ਹੈਗਾ ਕਈ ਵਾਰ ਦੇਖੋ ਤੁਹਾਨੂੰ ਕੀ ਹੋਏਗਾ ਪੇਪਰਾਂ ਦੇ ਵਿੱਚ ਕਿ ਰਾਜਾਂ ਦੇ ਹੀ ਨਾਮ ਪਾਰ ਕੇ ਹੋਣਗੇ ਤੁਸੀਂ ਉਹਨਾਂ ਦੇ ਵਿੱਚੋਂ ਤੁਹਾਨੂੰ ਇਹ ਚੀਜ਼ ਵੀ ਪਤਾ ਹੋਣਾ ਚਾਹੀਦਾ ਵੀ ਕਿਹੜਾ ਆਪਸ਼ਨ ਦੇ ਵਿੱਚ ਕਿਹੜਾ ਰਾਜ ਹੈ ਤੇ ਕਿਹੜੀ ਰਾਜਧਾਨੀ ਹੈ ਠੀਕ ਹੈ ਕਈ ਵਾਰ ਨਾ ਪੇਪਰ ਦੇ ਵਿੱਚ ਰਾਜਧਾਨੀ ਪੁੱਛੀ ਹੋਏਗੀ ਤੇ ਆਪਸ਼ਨਾਂ ਦੇ ਵਿੱਚ ਰਾਜ ਹੀ 파ਰਖੇ ਹੋਣਗੇ ਪਰ ਤੁਸੀਂ ਇਹ ਚੀਜ਼ ਨੂੰ ਪੁਆਇੰਟ ਨੂੰ ਨੋਟ ਜ਼ਰੂਰ ਕਰਨਾ ਹੈਗਾ ਚਲੋ ਇਸ ਦਾ ਆਨਸਰ ਹੈਗਾ ਜਿਹੜਾ ਅੰਡੇਮਾਨ ਤੇ ਨਿਕੋਬਾਰ ਦੀ ਜਿਹੜੀ ਰਾਜਧਾਨੀ ਹੈਗੀ ਉਹ ਹੈ ਜੀ ਆਪਸ਼ਨ ਏ ਪੋਰਟ ਬਲੇਅਰ ਠੀਕ ਹੈ ਪੋਰਟ ਬਲੇਅਰ ਇਸ ਦੀ ਰਾਜਧਾਨੀ ਹੈਗੀ ਦੀਪਤੀ ਅ ਅੰਡੇਮਾਨ ਤੇ ਨਿਕੋਬਾਰ ਦੀ ਅੱਗੇ ਚੱਲਦੇ ਹਾਂ ਪ੍ਰਸ਼ਨ ਨੰਬਰ 3 ਦੇ ਵੱਲ ਜਫਰਨਾਮਾ ਦਾ ਕੀ ਅਰਥ ਹੈ ਜਫਰਨਾਮਾ ਸਾਹਿਤ ਦਾ ਇੱਕ ਰੂਪ ਹੈਗਾ ਠੀਕ ਹੈ ਤੇ ਜਿਵੇਂ ਕਿ ਦੇਖੋ ਆਪਾਂ ਕਹਿੰਦੇ ਹੁੰਦੇ ਹਾਂ ਜੀਵਨੀ ਠੀਕ ਹੈ ਜੀਵਨੀ ਸਵੈ ਜੀਵਨੀ ਇਹ ਚੀਜ਼ਾਂ ਸਾਹਿਤ ਦਾ ਰੂਪ ਨਹੀਂ ਆ ਜਿਵੇਂ ਕਿ ਇਸੇ ਤਰ੍ਹਾਂ ਜਫਰਨਾਮਾ ਜਫਰਨਾਮਾ ਦਾ ਅਰਥ ਕੀ ਹੈਗਾ ਇੱਥੇ ਇਹ ਪੁੱਛਿਆ ਆਪਸ਼ਨ ਏ ਧਾਰਮਿਕ ਗ੍ਰੰਥ ਬੀ ਧਰਮ ਦੇ ਸਿਧਾਂਤ ਬੀ ਜਿੱਤ ਦੀ ਚਿੱਠੀ ਡੀ ਸਵੈ ਜੀਵਨੀ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੈਗਾ ਉਹ ਬਣ ਰਿਹਾ ਜੀ ਆਪਸ਼ਨ ਸੀ ਜਿੱਤ ਦੀ ਚਿੱਠੀ ਜਿੱਤ ਦੀ ਚਿੱਠੀ ਜਫਰਨਾ ਜਫਰਨਾਮੇ ਦਾ ਅਰਥ ਹੈਗਾ ਅੱਗੇ ਚੱਲਦੇ ਆਂ ਪ੍ਰਸ਼ਨ ਨੰਬਰ 4 ਦੇ ਵੱਲ ਰੋਲਟ ਐਕਟ ਕਦੋਂ ਪਾਸ ਹੋਇਆ ਰੋਲਟ ਐਕਟ ਕਦੋਂ ਪਾਸ ਹੋਇਆ ਸੀਗਾ অপਸ਼ਨ ਏ 1920 অপਸ਼ਨ ਬੀ 1915 ਸੀ ਹੈਗਾ 1922 ਡੀ 1919 ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੈਗਾ ਉਹ ਹੈ ਜੀ অপਸ਼ਨ ਡੀ ਰੋਲਟ ਐਕਟ ਹੈਗਾ ਜਿਹੜਾ 1919 ਦੇ ਵਿੱਚ ਪਾਸ ਹੋਇਆ ਸੀਗਾ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 5 ਦੇ ਵੱਲ ਸੋ ਪੁਆਇੰਟ ਪੁਆਇੰਟ ਦੀ ਹੀ ਗੱਲ ਕਰਾਂਗੇ ਅੱਜ ਆਪਾਂ ਪ੍ਰਸ਼ਨ ਨੰਬਰ 5 ਵਿੱਤੀ ਬਿਲ ਜਿਹਨੂੰ ਫਾਈਨੈਂਸ ਬਿਲ ਕਹਿੰਦੇ ਨੇਗੇ ਠੀਕ ਹੈ ਇਹ ਕਿਸ ਆਰਟੀਕਲ ਦੇ ਵਿੱਚ ਦਿੱਤਾ ਹੋਇਆ ਹੈ ਠੀਕ ਹੈ ਆਰਟੀਕਲ ਕਿਸ ਆਰਟੀਕਲ ਦੇ ਵਿੱਚ ਆਉਂਦਾ ਹੈਗਾ ਜਿਹੜਾ ਫਾਈਨੈਂਸ ਬਿਲ ਹੈਗਾ ਜਾਂ ਵਿੱਤੀ ਬਿਲ ਕਹਿ ਸਕਦੇ ਆਪਾਂ ਆਪਸ਼ਨ ਏ ਆਰਟੀਕਲ 117 ਬੀ ਆਰਟੀਕਲ 131 ਸੀ ਆਰਟੀਕਲ 115 ਤੇ ਜਾਂ ਫਿਰ ਡੀ 98 ਆਰਟੀਕਲ ਇਸ ਦਾ ਰਾਈਟ ਆਨਸਰ ਹੈਗਾ ਜਿਹੜਾ ਉਹ ਹੈ ਜੀ ਆਪਸ਼ਨ ਏ ਆਰਟੀਕਲ 117 ਦੇ ਵਿੱਚ ਹੈਗਾ ਜਿਹੜਾ ਹੁੰਦਾ ਹੈਗਾ ਇਹ ਵਿੱਤੀ ਬਿਲ ਆਰਟੀਕਲ 117 ਅੱਗੇ ਚੱਲਦੇ ਆਂ ਪ੍ਰਸ਼ਨ ਨੰਬਰ 6 ਦੇ ਵੱਲ ਜੀਵ ਦੀ ਛੋਟੀ ਤੋਂ ਛੋਟੀ ਇਕਾਈ ਕੀ ਹੈ ਜਿਵੇਂ ਕਿ ਦੇਖੋ ਆਪਾਂ ਕਹਿੰਦੇ ਹੁੰਨੇ ਆ ਕਿ ਕੋਈ ਵੀ ਮੰਨ ਲਓ ਮਕਾਨ ਬਣਿਆ ਹੋਇਆ ਕੋਈ ਘਰ ਬਣਿਆ ਹੋਇਆ ਠੀਕ ਹੈ ਉਹ ਕਿਸੇ ਨਾ ਕਿਸੇ ਚੀਜ਼ ਨੂੰ ਤਾਂ ਜੋੜ ਕੇ ਬਣਿਆ ਹੀ ਹੋਏਗਾ ਇਦਾਂ ਨਹੀਂ ਹੈ ਕਿ ਇੱਕ ਬਿਲਡਿੰਗ ਸਿੱਧੀ ਆਈ ਉੱਥੇ ਆਪਾਂ ਨੇ ਸਥਾਪਿਤ ਕਰ ਦਿੱਤੀ ਪਰ ਇਹ ਕੁਛ ਨਾ ਕੁਛ ਚੀਜ਼ ਕੋਈ ਇਕਾਈ ਤਾਂ ਹੋਏਗੀ ਕਿ ਜ ਜੁਨਾਂ ਨੂੰ ਜੋੜ ਕੇ ਉਹ ਬਣਾਇਆ ਗਿਆ ਜਿਵੇਂ ਕਿ ਘਰ ਬਣਾਉਣ ਦੇ ਲਈ ਕੰਦਾ ਕੱਢੀਆਂ ਗਈਆਂ ਨੇ ਕੰਦਾ ਕੱਢਣ ਦੇ ਵਾਸਤੇ ਇੱਟਾਂ ਲੱਗੀਆਂ ਹੋਈਆਂ ਨੇ ਇੱਟ ਉਸ ਚੀਜ਼ ਦੀ ਛੋਟੀ ਇਕਾਈ ਹੋਗੀ ਜਾਂ ਫਿਰ ਇੱਟ ਦੇ ਵਿੱਚ ਕਣ ਹੋਣਗੇ ਜਦੋਂ ਇੱਟ ਦਾ ਨਿਰਮਾਣ ਹੋਇਆ ਇੱਟ ਨੂੰ ਬਣਾਇਆ ਗਿਆ ਤਾਂ ਉਹ ਉਸ ਦੀਆਂ ਇਕਾਈਆਂ ਹੋ ਗਈਆਂ ਛੋਟੀ ਤੋਂ ਛੋਟੀ ਇਕਾਈ ਮਤਲਬ ਕਿ ਇੱਟ ਵੀ ਕਿਸੇ ਚੀਜ਼ ਤੋਂ ਬਣੀ ਹੋਏਗੀ ਜਾਂ ਫਿਰ ਆਪਾਂ ਇੱਟ ਨੂੰ ਹੀ ਇਕਾਈ ਕਹਿ ਸਕਦੇ ਹਾਂ ਇਸੇ ਤਰ੍ਹਾਂ ਜਿਹੜਾ ਜੀਵ ਹੁੰਦਾ ਆਪਾਂ ਮਨੁੱਖ ਦੀ ਹੀ ਗੱਲ ਕਰ ਲਓ ਮਨੁੱਖਾ ਦਾ ਆਪਣਾ ਸਰੀਰ ਬਣਿਆ ਹੋਇਆ ਤਾਂ ਇਹ ਕਿਸੇ ਨਾ ਕਿਸੇ ਚੀਜ਼ ਤੋਂ ਮਿਲ ਕੇ ਬਣਿਆ ਹੋਇਆ ਤਾਂ ਇਹਨਾਂ ਦੇ ਵਿੱਚੋਂ ਦੱਸੋ ਕਿਸ ਚੀਜ਼ ਤੋਂ ਬਣਿਆ ਹੋਇਆ ਕਿ ਉਹ ਚੀਜ਼ ਨੂੰ ਆਪਾਂ ਹੋਰ ਨਹੀਂ ਤੋੜ ਸਕਦੇ ਠੀਕ ਹੈ ਛੋਟੀ ਜਿਵੇਂ ਕਿ ਕੰਦ ਹੈ ਕੰਦ ਨੂੰ ਆਪਾਂ ਇਕਾਈ ਮੰਨ ਲਿਆ ਕਰਦੇ ਪਰ ਕੰਦ ਨੂੰ ਹੋਰ ਵੀ ਤਾਂ ਤੋੜ ਸਕਦੇ ਆ ਕੰਦ ਨੂੰ ਇੱਟ ਦੇ ਵਿੱਚ ਵੀ ਤੋੜ ਸਕਦੇ ਕਹਿ ਸਕਦੇ ਆ ਕਿ ਇੱਟ ਇਸ ਤੋਂ ਛੋਟੀ ਇਕਾਈ ਹੈ ਇਸੇ ਤਰ੍ਹਾਂ ਮਨੁੱਖੀ ਸਰੀਰ ਦੀ ਮੰਨ ਲਓ ਜਾਂ ਕਿਸੇ ਵੀ ਜੀਵ ਦੀ ਛੋਟੀ ਤੋਂ ਛੋਟੀ ਇਕਾਈ ਕੀ ਹੋਏਗੀ ਕਿ ਉਹ ਜੀਵ ਉਸ ਚੀਜ਼ ਤੋਂ ਬਣਿਆ ਹੋਏਗਾ ਆਪਸ਼ਨ A ਕੋਸ਼ਿਕਾ B ਪੈਰ C ਦੰਦ डी खून ਤਾਂ ਦੇਖੋ ਖੂਨ ਵੀ ਨਹੀਂ ਠੀਕ ਹੈ ਦੰਦ ਵੀ ਨਹੀਂ ਪੈਰ ਵੀ ਨਹੀਂ ਇਹਨਾਂ ਦਾ ਇਸ ਦਾ ਜਿਹੜਾ ਰਾਈਟ ਆਨਸਰ ਹੈਗਾ ਉਹ ਹੈ ਜੀ অপਸ਼ਨ ਏ ਕੋਸ਼ਿਕਾ ਜਿਤ ਕਹਿ ਸਕਦੇ ਨੇ ਕਿ ਸੈੱਲ ਹੁੰਦਾ ਹੈਗਾ ਜਿਹੜਾ ਉਹ ਸਭ ਤੋਂ ਛੋਟੀ ਇਕਾਈ ਹੁੰਦੀ ਹੈਗੀ ਜੀਵ ਦੀ ਸੈੱਲਾਂ ਤੋਂ ਹੀ ਨਿਰਮਾਣ ਹੁੰਦਾ ਹੈਗਾ ਠੀਕ ਹੈ ਆਪਣੇ ਸਰੀਰ ਦਾ ਅੱਗੇ ਚੱਲਦੇ ਹਾਂ ਪ੍ਰਸ਼ਨ ਨੰਬਰ 7 ਦੇ ਵੱਲ ਯੂਰੀਆ ਦੇ ਵਿੱਚ ਕਿੰਨੇ ਪ੍ਰਤੀਸ਼ਤ ਨਾਈਟ੍ਰੋਜਨ ਹੁੰਦਾ ਹੈਗਾ ਯੂਰੀਆ ਦੇ ਵਿੱਚ ਨਾਈਟ੍ਰੋਜਨ ਦੀ ਮਾਤਰਾ ਹੈਗੀ ਜਿਹੜੀ ਦੱਸਣੀ ਹੈ ਕਿੰਨਾ ਪ੍ਰਤੀਸ਼ਤ नाइट्रोजन ਹੈਗਾ ਜਿਹੜਾ ਹੁੰਦਾ ਹੈ ਯੂਰੀਆ ਦੇ ਵਿੱਚ অপਸ਼ਨ A 50% B 76% C 46% ਤੇ D 31% ਜਿਹੜਾ ਰਾਈਟ ਆਨਸਰ ਬਣ ਰਿਹਾਗਾ ਉਹ ਹੈ ਜੀ অপਸ਼ਨ C 46% ਹੈਗਾ ਜਿਹੜਾ ਨਾਈਟ੍ਰੋਜਨ ਹੁੰਦਾ ਹੈ ਯੂਰੀਆ ਦੇ ਵਿੱਚ ਤੁਸੀਂ ਜਿਹੜੀ ਆਪਣੀ ਯੂਰੀਆ ਵਾਲੀ ਬੋਰੀ ਹੁੰਦੀ ਹੈ ਖਾਦ ਵਾਲੀ ਉਸ ਦੇ ਵਿੱਚ ਦੇਖਿਆ ਹੋਏਗਾ ਕਿ 46% ਲਿਖਿਆ ਹੁੰਦਾ ਹੈਗਾ ਠੀਕ ਹੈ ਪਹਿਲਾ ਹੁੰਦਾ ਸੀਗਾ ਸ਼ਾਇਦ ਹੁਣ ਚੇਂਜ ਨਾ ਕਰ ਦਿੱਤਾ ਹੋਵੇ ਉਹਨਾਂ ਨੇ ਕੋਈ ਮਤਲਬ ਕਿ ਕੋਡ ਕੋਡਿੰਗ ਦੇ ਵਿੱਚ ਅੱਗੇ ਚੱਲਦੇ ਹਾਂ ਪ੍ਰਸ਼ਨ ਨੰਬਰ 8 ਦੇ ਵਿੱਚ ਭਾਰਤੀ ਸੰਵਿਧਾਨ ਦੇ ਆਰਟੀਕਲ ਅਨੁਸਾਰ ਕਿਸ ਆਰਟੀਕਲ ਅਨੁਸਾਰ ਠੀਕ ਹੈ ਭਾਰਤੀ ਸੰਵਿਧਾਨ ਦੇ ਕਿਸ ਆਰਟੀਕਲ ਅਨੁਸਾਰ ਨਿਆਂਪਾਲਿਕਾ ਸੰਸਦ ਦੇ ਕੰਮਾਂ ਵਿੱਚ ਦਖਲ ਨਹੀਂ ਕਰ ਸਕਦੀ ਭਾਰਤੀ ਸੰਵਿਧਾਨ ਦੇ ਕਿਸ ਆਰਟੀਕਲ ਅਨੁਸਾਰ ਨਿਆਂਪਾਲਿਕਾ ਸੰਸਦ ਦੇ ਕੰਮਾਂ ਦੇ ਵਿੱਚ ਦਖਲ ਨਹੀਂ ਕਰ ਸਕਦੀ ਤੁਹਾਨੂੰ ਪਤਾ ਹੈ ਕਿ ਤਿੰਨ ਇਹ ਇੰਡੀਪੈਂਡੈਂਟ 파ਰਟ ਨੇਗੇ ਠੀਕ ਹੈ ਕੋਈ ਕਾਰਜ ਕਰਨ ਵਾਲੀ ਹੈ ਕੋਈ ਵੀ ਕੋਈ ਕਾਨੂੰਨ ਬਣਾਉਣਾ ਹੈ ਕਿਸੇ ਨੇ ਕਾਨੂੰਨ ਪਾਸ ਕਰਨਾ ਹੈ ਕਿਸੇ ਨੇ ਨਿਆ ਕਰਨਾ ਇਹ ਚੀਜ਼ਾਂ ਆਪਸ ਦੇ ਵਿੱਚ ਸੁਤੰਤਰ ਨੇਗੀਆਂ ਠੀਕ ਹੈ ਤਾਂ ਇਹ ਇੱਕ ਦੂਜੇ ਦੇ ਵਿੱਚ ਦਖਲ ਨਹੀਂ ਕਰ ਸਕਦੇ ਤਾਂ ਕਿਸ ਆਰਟੀਕਲ ਦੇ ਅਨੁਸਾਰ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਨਿਆਪਾਲਿਕਾ ਉਹ ਸੰਸਦ ਦੇ ਕੰਮਾਂ ਦੇ ਵਿੱਚ ਦਾਖਲ ਨਹੀਂ ਕਰ ਸਕਦੀ ਕਿਸ ਆਰਟੀਕਲ ਦੇ ਅਨੁਸਾਰ ਹੈਗਾ ਇਹ ਤਾਂ ਆਪਸ਼ਨ ਏ ਆਰਟੀਕਲ 122 ਬੀ ਆਰਟੀਕਲ 125 ਸੀ ਆਰਟੀਕਲ 120 ਡੀ ਆਰਟੀਕਲ 113 ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੈਗਾ ਉਹ ਹੈ ਜੀ ਆਪਸ਼ਨ ਏ ਆਰਟੀਕਲ 122 ਦੇ ਅਨੁਸਾਰ ਨਿਆਪਾਲਿਕਾ ਸੰਸਦ ਦੇ ਕੰਮਾਂ ਦੇ ਵਿੱਚ ਦਾਖਲ ਨਹੀਂ ਦੇ ਸਕਦੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 9 ਦੇ ਵੱਲ ਮੁੱਖ ਮੰਤਰੀ ਦੀ ਨਿਯੁਕਤੀ ਕਿਸ ਦੇ ਦੁਆਰਾ ਕੀਤੀ ਜਾਂਦੀ ਹੈ অপਸ਼ਨ A ਰਾਸ਼ਟਰਪਤੀ B ਰਾਜਪਾਲ C ਪ੍ਰਧਾਨ ਮੰਤਰੀ D ਸੰਸਦ ਤਾਂ ਜਿਹੜਾ ਰਾਈਟ ਆਨਸਰ ਬਣ ਰਿਹਾਗਾ ਉਹ ਹੈ ਜੀ ਇਸ ਦਾ ਰਾਈਟ ਆਨਸਰ ਰਾਜਪਾਲ অপਸ਼ਨ B ਰਾਜਪਾਲ ਦੇ ਦੁਆਰਾ ਹੈਗੀ ਜਿਹੜੀ ਨਿਯੁਕਤੀ ਕੀਤੀ ਜਾਂਦੀ ਹੈ ਰਾਜਪਾਲ ਅੱਗੇ ਸੈਂਟਰ ਵੱਲੋਂ ਰਾਸ਼ਟਰਪਤੀ ਵੱਲੋਂ ਹੁੰਦਾ ਹੈਗਾ ਤੇ ਰਾਜਪਾਲ ਦੀ ਰਾਜਪਾਲ ਦੇ ਦੁਆਰਾ ਨਿਯੁਕਤੀ ਕੀਤੀ ਜਾਂਦੀ ਹੈਗੀ ਮੁੱਖ ਮੰਤਰੀ ਦੀ ਠੀਕ ਹੈ ਪਰ ਜਦੋਂ ਆਪਣੇ ਚੋਣ ਹੁੰਦੀ ਹੈ ਕਿ ਇਦਾਂ ਹੁੰਦਾ ਕਿ ਕਿਸੇ ਪਾਰਟੀ ਨੇ ਮੇਨ ਚਿਹਰਾ ਬਣਾਇਆ ਕਿ ਇਹ ਮੁੱਖ ਮੰਤਰੀ ਦਾ ਚਿਹਰਾ ਹੋਏਗਾ ਆਪਣੇ ਚੋਣਾਂ ਹੀ ਮੁੱਖ ਮੰਤਰੀ ਦੇ ਚਿਹਰੇ ਤੇ ਹੁੰਦੀਆਂ ਨੇ ਹਨਾ ਪਰ ਜਿਹੜਾ ਸੰਵਿਧਾਨਕ ਦੇ ਤੌਰ ਤੇ ਆਪਾਂ ਜੇਕਰ ਦੇਖਣਾ ਹੋਵੇ ਤਾਂ ਇਹ ਕੀ ਹੁੰਦਾ ਕਿ ਰਾਜਪਾਲ ਦੇ ਦੁਆਰਾ ਰਾਸ਼ਟਰਪਤੀ ਨੂੰ ਚੁਣਿਆ ਜਾਣਾ ਹੁੰਦਾ ਹੈ ਵੋਟਾਂ ਤੋਂ ਬਾਅਦ ਠੀਕ ਹੈ ਰਾਜਪਾਲ ਰਾਈਟ ਆਨਸਰ ਹੋਏਗਾ ਮੁੱਖ ਮੰਤਰੀ ਦੀ ਜਿਹੜੀ ਨਿਯੁਕਤੀ ਕਰਦਾ ਹੈਗਾ ਪ੍ਰਸ਼ਨ ਨੰਬਰ 10 ਦੇ ਵੱਲ ਚਲਦੇ ਹਾਂ ਪਾਈ ਗੁਰਦਾਸ ਦੀਆਂ ਰਚਨਾਵਾਂ ਦੱਸੋ ਆਪਸ਼ਨ ਏ ਵਾਰ ਬੀ ਕਵਿੱਤ ਸੀ ਸਵਈਏ ਡੀ ਸਾਰੇ ਹੀ ਜਿਹੜਾ ਰਾਈਟ ਆਨਸਰ ਬਣ ਰਿਹਾਗਾ ਦੇਖੋ ਜੀ ਇਸ ਦੇ ਵਿੱਚ ਬਾਰਾਂ ਵੀ ਆਪਸ਼ਨ ਸਹੀ ਹੈ ਕਵਿੱਤ ਵੀ ਸਹੀ ਹੈ ਸਵਈਏ ਵੀ ਸਹੀ ਹੈ ਵਾਵੇ ਅੱਤਕ ਠੀਕ ਹੈ ਸਵਈਏ ਤਾਂ ਜਿਹੜਾ ਰਾਈਟ ਆਨਸਰ ਹੈਗਾ ਉਹ ਹੈ ਜੀ ਆਪਸ਼ਨ ਡੀ ਸਾਰੇ ਹੀ ਸਹੀ ਨੇਗੇ ਵਾਰ ਕਵਿੱਤ ਤੇ ਸਵਈਏ ਮਾਸਟਰ ਕੈਟਰ ਦੇ ਵਿੱਚ ਵੀ ਇਹ ਕੁਐਸਚਨ ਸੀਗਾ ਜਿਹੜਾ ਆਇਆ ਹੋਇਆ ਸੀਗਾ ਹੋਣ ਵਾਲੇ ਦੇ ਵਿੱਚ ਪੰਜਾਬੀ ਦੇ ਵਿੱਚ ਪ੍ਰਸ਼ਨ ਨੰਬਰ 11 ਸਿੱਖ ਸਾਮਰਾਜ ਦੇ ਆਖਰੀ ਸ਼ਾਸਕ ਕੌਣ ਸੀ? ਆਪਸ਼ਨ A ਮਹਾਰਾਜਾ ਰਣਜੀਤ ਸਿੰਘ ਜੀ B ਮਹਾਰਾਜਾ ਦਲੀਪ ਸਿੰਘ ਜੀ C ਖੜਕ ਸਿੰਘ D ਬਾਬਾ ਬੰਦਾ ਸਿੰਘ ਬਹਾਦਰ ਰਾਈਟ ਆਨਸਰ ਹੈਗਾ ਜਿਹੜਾ ਉਹ ਹੈ ਜੀ ਇਸ ਦਾ ਆਪਸ਼ਨ B ਦਲੀਪ ਸਿੰਘ ਜੀ ਸੀਗੇ ਜਿਹੜੇ ਆਪਣੇ ਸਿੱਖ ਸਾਮਰਾਜ ਦੇ ਆਖਰੀ ਸ਼ਾਸਕ ਸੀਗੇ ਬਲੈਕ ਪ੍ਰਿੰਸ ਫਿਲਮਿੰਗ ਜਿਹੜੀ ਬਣੀ ਹੋਈ ਹੈ ਠੀਕ ਹੈ ਤੁਸੀਂ ਦੇਖ ਸਕਦੇ ਹੋ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 12 ਦੇ ਵੱਲ ਸਾਡੇ ਖੂਨ ਵਿੱਚ ਪਲਾਜ਼ਮਾ ਕਿੰਨੇ ਪ੍ਰਤੀਸ਼ਤ ਹੁੰਦਾ ਹੈ ਸਾਡੇ ਖੂਨ ਦੇ ਵਿੱਚ ਪਲਾਜ਼ਮਾ ਹੁੰਦਾਗਾ ਠੀਕ ਹੈ ਪਲਾਜ਼ਮਾ ਤੇ ਉਹ ਕਿੰਨੇ ਪ੍ਰਤੀਸ਼ਤ ਹੁੰਦਾ ਖੂਨ ਦੇ ਵਿੱਚ ਪਲਾਜ਼ਮਾ ਦੀ ਮਾਤਰਾ ਦੱਸਣੀ ਹੈ ਆਪਸ਼ਨ A 10 ਤੋਂ 20% B 40 ਤੋਂ 45% C 25 ਤੋਂ 30% ਜਾਂ ਫਿਰ D 55 ਤੋਂ 60% ਤਾਂ ਰਾਈਟ ਆਨਸਰ ਬਣ ਰਿਹਾ ਹੈ ਜਿਹੜਾ ਉਹ ਹੈ ਜੀ ਆਪਸ਼ਨ ਡੀ 55 ਤੋਂ 60% ਖੂਨ ਦੇ ਵਿੱਚ ਪਲਾਜ਼ਮਾ ਹੁੰਦਾ ਹੈਗਾ ਸਾਡੇ ਖੂਨ ਦੇ ਵਿੱਚ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 13 ਦੇ ਵੱਲ ਸਰੀਰ ਦਾ ਬਾਦਦਾ ਨਾ ਹੋਣਾ ਚਿਹਰੇ ਦਾ ਸੋਜਾ ਚਿਹਰੇ ਤੇ ਸੋਜਿਸ ਆ ਜਾਣਾ ਜਾਂ ਫਿਰ ਤਵੱਚਾ ਦੀਆਂ ਬਿਮਾਰੀਆਂ ਚਮੜੀ ਦਾ ਕਹਿ ਸਕਦੇ ਹਾਂ ਬਾਲਾਂ ਦਾ ਰੰਗ ਉੱਡ ਜਾਣਾ ਇਹ ਸਭ ਕੁਝ ਹੈਗਾ ਜਿਹੜਾ ਕਿਸ ਚੀਜ਼ ਦੀ ਘਾਟ ਦੇ ਕਾਰਨ ਹੁੰਦਾ ਹੈ ਠੀਕ ਹੈ ਇਹ ਹੈ ਜੀ ਦੇਖੋ ਆਪਸ਼ਨ ਏ ਕਾਰਬੋਹਾਈਡਰੇਟ ਬੀ ਚਰਬੀ ਸੀ ਵਿਟਾਮਿਨ ਜਾਂ ਫਿਰ ਡੀ ਪ੍ਰੋਟੀਨ ਰਾਈਟ ਆਨਸਰ ਹੈਗਾ ਜਿਹੜਾ ਇਹ ਤੁਸੀਂ ਦੇਖ ਸਕਦੇ ਹੋ ਕਿ ਸਰੀਰ ਦਾ ਜੇਕਰ ਵਾਧਾ ਨਹੀਂ ਹੁੰਦਾ ਤਾਂ ਇਹ ਪ੍ਰੋਟੀਨ ਦੀ ਘਾਟ ਦੇ ਕਾਰਨ ਹੀ ਹੋਏਗਾ ਪ੍ਰੋਟੀਨ ਦੀ ਘਾਟ ਦੇ ਨਾਲ ਵਾਧਾ ਨਹੀਂ ਹੁੰਦਾ ਸਰੀਰ ਦਾ ਤੇ ਕਾਰਬੋਹਾਈਡਰੇਟ ਦੇ ਨਾਲ ਭਜਨ ਨਹੀਂ ਵਧਦਾ ਜੇਕਰ ਭਜਨ ਨਾ ਵਧਦਾ ਹੋਵੇ ਤਾਂ ਉਹ ਕਾਰਬੋਹਾਈਡਰੇਟ ਦੇ ਵਿੱਚ ਆ ਜਾਏਗਾ ਸਰੀਰ ਦਾ ਵਾਧਾ ਨਾ ਹੋਣਾ ਇਹ ਚੀਜ਼ ਹੋਏਗਾ ਪ੍ਰੋਟੀਨ ਦੀ ਘਾਟ ਦੇ ਕਾਰਨ ਜਿਵੇਂ ਕਿ ਤ્વਚਾ ਦੀਆਂ ਬਿਮਾਰੀਆਂ ਉਹ ਵਿਟਾਮਿਨ ਸੀ ਦੀ ਘਾਟ ਦੇ ਨਾਲ ਵੀ ਹੋ ਸਕਦੀਆਂ ਨੇ। ਪ੍ਰਸ਼ਨ ਨੰਬਰ 14 ਦੇ ਵੱਲ ਚੱਲਦੇ ਆਂ। ਗੁਰਦੁਆਰਾ ਕੰਤ ਸਾਹਿਬ ਕਿਸ ਗੁਰੂ ਨਾਲ ਸਬੰਧਿਤ ਹੈ? ਗੁਰਦੁਆਰਾ ਕੰਤ ਸਾਹਿਬ ਕਿਸ ਗੁਰੂ ਦੇ ਨਾਲ ਸਬੰਧਿਤ ਹੈ? ਆਪਸ਼ਨ A ਗੁਰੂ ਨਾਨਕ ਦੇਵ ਜੀ, B ਗੁਰੂ ਅੰਗਦ ਦੇਵ ਜੀ, C ਗੁਰੂ ਅਮਰਦਾਸ ਜੀ, D ਗੁਰੂ ਰਾਮਦਾਸ ਜੀ। ਜਿਹੜਾ ਇਸ ਦਾ ਰਾਈਟ ਆਨਸਰ ਹੈਗਾ ਉਹ ਹੈ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਹੈ ਗੁਰਦੁਆਰਾ ਕੰਧ ਸਾਹਿਬ ਬਟਾਲਾ ਠੀਕ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 15 ਦੇ ਵੱਲ ਗਾਦਰੀ ਭਾਬਿਆਂ ਦਾ ਮੇਲਾ ਕਿੱਥੇ ਲੱਗਦਾ ਹੈ ਆਪਸ਼ਨ A ਜਲੰਧਰ B ਪਟਿਆਲਾ C ਅੰਮ੍ਰਿਤਸਰ D ਕਪੂਰਥਲਾ ਤਾਂ ਰਾਈਟ ਆਨਸਰ ਹੈਗਾ ਜਿਹੜਾ ਉਹ ਹੈ ਜੀ ਇਸ ਦਾ ਰਾਈਟ ਆਨਸਰ ਆਪਸ਼ਨ A ਜਲੰਧਰ ਦੇ ਵਿੱਚ ਲੱਗਦਾ ਹੈਗਾ ਦੇਸ਼ ਭਗਤ ਯਾਦਗਾਰ ਹਾਲ ਤੁਸੀਂ ਨੋਟ ਕਰ ਸਕਦੇ ਹੋ ਜਿੱਥੇ ਇਹ ਮੇਲਾ ਲੱਗਦਾ ਹੈ ਸਥਾਨ ਦਾ ਨਾਮ ਹੈ ਅੱਗੇ ਚੱਲਦੇ ਹਾਂ ਜੀ ਤਾਂ ਦੇਖੋ ਜੇਕਰ ਤੁਸੀਂ ਚੈਨਲ ਦੇ ਨਾਲ ਪਹਿਲੀ ਵਾਰ ਜੁੜ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾਗਾ ਤੇ ਨਾਲ ਹੀ ਜੇਕਰ ਤੁਸੀਂ ਕਿਸੇ ਵੀ ਮਰਜੀ ਭਾਰਤੀ ਦੀ ਤਿਆਰੀ ਕਰ ਰਹੇ ਹੋ ਤਾਂ ਤੁਸੀਂ ਕੀ ਕਰਨਾ ਪਲੇਲਿਸਟਾਂ ਦੇ ਵਿੱਚ ਚਲੇ ਜਾਣਾ ਹੈ ਪਲੇਲਿਸਟ ਦਾ ਜਿਹੜਾ ਸੈਕਸ਼ਨ ਬਣਿਆ ਹੁੰਦਾ ਹੈਗਾ ਉੱਥੇ ਤੁਹਾਨੂੰ ਮੈਥ ਰੀਜਨਿੰਗ ਪੰਜਾਬ ਜੀਕੇ ਇਹਨਾਂ ਦੀਆਂ ਪਲੇਲਿਸਟਾਂ ਮਿਲ ਜਾਣਗੀਆਂ ਸਲਿਪਸ ਕੰਪਲੀਟ ਕੀਤਾ ਹੋਇਆ ਸਾਰੇ ਹੀ ਪੇਪਰਾਂ ਦੇ ਵਾਸਤੇ ਇੰਪੋਰਟੈਂਟ ਹੈਗਾ ਤੁਸੀਂ ਚਾਹੇ ਕਿਸੇ ਵੀ ਭਾਰਤੀ ਦੀ ਤਿਆਰੀ ਕਰ ਰਹੇ ਹੋ ਇੱਕ ਵਾਰ ਉਹ ਪਲੇਲਿਸਟਾਂ ਨੂੰ ਜ਼ਰੂਰ ਦੇਖ ਲੈਣਾ ਹੈਗਾ 40 ਵੀਡੀਓਜ਼ ਨੇਗੀਆਂ ਜਿਹੜੀਆਂ ਮੈਥ ਦੀਆਂ ਨੇ 20 ਵੀਡੀਓ 21 ਵੀਡੀਓਜ਼ ਨੇਗੀਆਂ ਜਿਹੜੇ ਰੀਜਨਿੰਗ ਦੀਆਂ ਨੇ ਤੇ 27 ਵੀਡੀਓਜ਼ ਪੰਜਾਬ ਜੀਕੇ ਦੀਆਂ ਨੇ ਠੀਕ ਹੈ ਤੁਹਾਡਾ ਉਸ ਨਾਲ ਲੈਵਲ ਵਧੀਆ ਹੋ ਜਾਏਗਾ ਪ੍ਰਸ਼ਨ ਨੰਬਰ 16 ਦੇ ਵੱਲ ਚਲਦੇ ਆ ਗੋਇੰਦਵਾਲ ਸਾਹਿਬ ਕਿਸ ਗੁਰੂ ਨੇ ਬਸਾਇਆ ਆਪਸ਼ਨ ਏ ਗੁਰੂ ਅਰਜਨ ਦੇਵ ਜੀ ਬੀ ਗੁਰੂ ਅਮਰਦਾਸ ਜੀ ਸੀ ਗੁਰੂ ਰਾਮਦਾਸ ਜੀ ਡੀ ਗੁਰੂ ਅੰਗਦ ਦੇਵ ਜੀ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੈਗਾ ਉਹ ਹੈ ਜੀ ਗੁਰੂ ਅਮਰਦਾਸ ਜੀ ਗੁਰੂ ਅਮਰਦਾਸ ਜੀ ਨੇ ਬਸਾਇਆ ਸੀਗਾ ਤਰਨਤਾਰਨ ਠੀਕ ਹੈ ਜਿਲਾ ਨੋਟਸ ਕਰ ਸਕਦੇ ਹਾਂ ਜੇਕਰ ਜਿਲਾ ਪੁੱਛਿਆ ਜਾਵੇ ਅੱਗੇ ਚਲਦੇ ਹਾਂ ਜੀ ਪ੍ਰਸ਼ਨ ਨੰਬਰ 17 ਦੇ ਵੱਲ ਹੈਜਾ ਅਤੇ ਮਲੇਰੀਆ ਕਿਸ ਦੇ ਦੁਆਰਾ ਫੈਲਦਾ ਹੈ ਜਾਂ ਕਿਸ ਦੇ ਕਾਰਨ ਹੁੰਦਾ ਹੈਗਾ ਹੈਜਾ ਤੇ ਮਲੇਰੀਆ ਆਪਸ਼ਨ ਏ ਬੈਕਟੀਰੀਆ ਬੀ ਬਿਸ਼ਾਣੂ ਸੀ ਪ੍ਰੋਟੋਜ਼ੋਆ ਡੀ ਵਾਇਰਸ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੈਗਾ ਉਹ ਬਣ ਰਿਹਾਗਾ ਆਪਸ਼ਨ ਸੀ ਪ੍ਰੋਟੋਜ਼ੋਆ ਦੇ ਕਾਰਨ ਹੁੰਦਾ ਹੈ ਹੈਜਾ ਤੇ ਮਲੇਰੀਆ ਠੀਕ ਹੈ ਜਾਂ ਇਸ ਦੇ ਦੁਆਰਾ ਫੈਲਦਾ ਹੈ ਜਾਂ ਹੁੰਦਾ ਹੈ ਤਾਂ ਦੇਖੋ ਜਿਵੇਂ ਕਿ ਇਸ ਦੇ ਵਿੱਚ ਅਲੱਗ-ਅਲੱਗ ਜਨਰਲ ਨੌਲੇਜ ਦਾ ਜਿਹੜਾ ਸੈਕਸ਼ਨ ਹੈਗਾ ਇਸ ਦੇ ਵਿੱਚ ਅਲੱਗ-ਅਲੱਗ ਟੌਪਿਕ ਬਣੇ ਹੋਏ ਨੇ ਜਿਵੇਂ ਕਿ ਸਬਜੈਕਟ ਕਹਿ ਸਕਦੇ ਆ ਜਿਹੜੇ ਸਬਜੈਕਟ ਨੇਗੇ ਜਿਵੇਂ ਕਿ ਸਾਇੰਸ ਦਾ ਹੋ ਗਿਆ ਟੈਕਨੋਲੋਜੀ ਪੋਲੀਟੀਕਲ ਹੋ ਗਿਆ ਹਿਸਟਰੀ ਹੋਗੀ ਠੀਕ ਹੈ ਤੇ ਲਿਟਰੇਚਰ ਹੋ ਗਿਆ ਸਿਨੇਮਾ ਤੇ ਲਿਟਰੇਚਰ ਸਪੋਰਟਸ ਹੋ ਗਿਆ ਇਹ ਅਲੱਗ-ਅਲੱਗ ਚੈਪਟਰ ਨੇਗੇ ਅਲੱਗ-ਅਲੱਗ ਸਬਜੈਕਟ ਨੇਗੇ ਜਿਹੜੇ ਇਸ ਦੇ ਵਿੱਚ ਬਣੇ ਹੋਏ ਨੇਗੇ ਜਨਰਲ ਨੌਲੇਜ ਦੇ ਵਿੱਚ ਇਹਨਾਂ ਦੀਆਂ ਅਲੱਗ-ਅਲੱਗ ਨਾਲ ਆਪਾਂ ਮੈਰਾਥਨ ਕਲਾਸਾਂ ਕਰਾਂਗੇ ਤਾਂ ਚੈਨਲ ਦੇ ਨਾਲ ਤੁਸੀਂ ਨੇ ਜ਼ਰੂਰ ਜੁੜੇ ਰਹਣਾਗਾ ਤੁਹਾਡੇ ਸਾਰੇ ਹੀ ਇਗਜ਼ਾਮਾਂ ਦੇ ਵਾਸਤੇ ਜਿਹੜੇ ਵੀ ਕਨਸੈਪਟ ਨੇਗੇ ਕਲੀਅਰ ਹੋ ਜਾਣ ਤਾਂ ਵੇਟ ਕਰਨੀ ਹੈ ਤੁਸੀਂ ਨੇ ਜਰੂਰ ਉਸ ਦੀ ਅੱਗੇ ਚੱਲਦੇ ਹਾਂ ਪ੍ਰਸ਼ਨ ਨੰਬਰ 18 ਦੇ ਵੱਲ ਰਾਸ਼ਟਰਪਤੀ ਦੀਆਂ ਯੋਗਤਾਵਾਂ ਕਿਸ ਆਰਟੀਕਲ ਦੇ ਵਿੱਚ ਆਉਂਦੀਆਂ ਨੇਗੀਆਂ ਕਿਸ ਆਰਟੀਕਲ ਦੇ ਵਿੱਚ ਦਿੱਤੀਆਂ ਹੋਈਆਂ ਨੇ ਰਾਸ਼ਟਰਪਤੀ ਦੀਆਂ ਯੋਗਤਾਵਾਂ ਕਿ ਕਿਸੇ ਵਿਅਕਤੀ ਨੇ ਰਾਸ਼ਟਰਪਤੀ ਦਾ ਪਦ ਗ੍ਰਹਿਣ ਕਰਨਾ ਹੈ ਰਾਸ਼ਟਰਪਤੀ ਬਣਨਾ ਹੈ ਤਾਂ ਉਸ ਦੀਆਂ ਕੀ ਯੋਗਤਾਵਾਂ ਹੋਣੀਆਂ ਚਾਹੀਦੀਆਂ ਨੇ ਆਪਸ਼ਨ A ਆਰਟੀਕਲ 58 ਦੇ ਵਿੱਚ ਆਪਸ਼ਨ B ਆਰਟੀਕਲ 57 C ਆਰਟੀਕਲ 33 D ਆਰਟੀਕਲ 65 ਤਾਂ ਰਾਈਟ ਆਨਸਰ ਹੈਗਾ ਜਿਹੜਾ ਆਪਸ਼ਨ ਏ ਹੈਗਾ ਆਰਟੀਕਲ 58 ਆਰਟੀਕਲ 58 ਦੇ ਵਿੱਚ ਯੋਗਤਾਵਾਂ ਦੱਸੀਆਂ ਹੋਈਆਂ ਨੇ ਰਾਸ਼ਟਰਪਤੀ ਦੀਆਂ ਤੇ ਉਸ ਦੀਆਂ ਕੀ ਯੋਗਤਾਵਾਂ ਦੇਖੋ ਹੋਣੀਆਂ ਚਾਹੀਦੀਆਂ ਨੇ ਸਭ ਤੋਂ ਪਹਿਲਾਂ ਸਾਖਰ ਹੋਣਾ ਚਾਹੀਦਾ ਹੈ ਸਾਖਰ ਮਤਲਬ ਕਿ ਇਹ ਨਹੀਂ ਕਿ ਕੋਈ ਡਿਗਰੀ ਹੋਣੀ ਚਾਹੀਦੀ ਹੈ ਸਾਖਰ ਮਤਲਬ ਤੁਹਾਨੂੰ ਪਤਾ ਹੈ ਕਿ ਸਾਖਰ ਦਾ ਮਤਲਬ ਕੀ ਹੁੰਦਾ ਹੈ ਕਿ ਸਾਈਨ ਕਰਨੇ ਆਉਣੇ ਚਾਹੀਦੇ ਨੇ ਜਾਂ ਥੋੜਾ ਮੋਟਾ ਬਸ ਅੱਖਰ ਪੜ੍ਹਨਾ ਚਾਹੀਦਾ ਹੈ ਉਸ ਤੋਂ ਬਾਅਦ ਸੈਕੰਡ ਸਿਟੀਜ਼ਨ ਸੈਕੰਡ ਨੰਬਰ ਤੇ ਹੈਗਾ ਸਿਟੀਜ਼ਨ ਇੰਡੀਅਨ ਹੋਣਾ ਚਾਹੀਦਾ ਹੈ ਸਿਟੀਜ਼ਨ ਠੀਕ ਹੈ ਸਿਟੀਜ਼ਨ ਆਫ ਇੰਡੀਆ ਕਹਿ ਸਕਦੇ ਹਾਂ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਸੌਰੀ ਤੀਜੇ ਪੁਆਇੰਟ ਦੇ ਬਾਰੇ ਇਸ ਦਾ ਤੀਜਾ ਪੁਆਇੰਟ ਕੀ ਹੋਏਗਾ ਘੱਟੋ ਘੱਟ 35 ਸਾਲ ਉਮਰ ਹੋਣੀ ਚਾਹੀਦੀ ਉਸ ਦੀ ਤੇ ਸਰਕਾਰੀ ਜਿਵੇਂ ਕਿ ਕੋਈ ਵੀ ਆਪਾਂ ਕਹਿ ਸਕਦੇ ਹਾਂ ਕਿ ਸਰਕਾਰੀ ਪਦ ਦੇ ਉੱਤੇ ਨਹੀਂ ਹੋਣਾ ਚਾਹੀਦਾ ਸਰਕਾਰੀ ਜੋਬ ਵਗੈਰਾ ਤਾਂ ਉਹ ਚੀਜ਼ ਉਸ ਨੂੰ ਛੱਡਣੀ ਪੈਣੀ ਹੈ ਅੱਗੇ ਤੇ ਉਹ ਲੋਕ ਸਭਾ ਦਾ ਮੈਂਬਰ ਬਣਨ ਦੀਆਂ ਸਾਰੀਆਂ ਯੋਗਤਾਵਾਂ ਰੱਖਦਾ ਹੋਵੇ ਬਸ ਇਸ ਇਹ ਚੀਜ਼ ਜਾਣेंगे ਜਿਹੜੀ ਯੋਗਤਾਮੰਦ ਹੋਣੀ ਚਾਹੀਦੀਆਂ ਨੇ ਰਾਸ਼ਟਰਪਤੀ ਦੇ ਪਦ ਵਾਸਤੇ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 19 ਦੇ ਵੱਲ ਰਾਸ਼ਟਰਪਤੀ ਕਿਸ ਬਿਲ ਉੱਤੇ ਵੀਟੋ ਪਾਵਰ ਨਹੀਂ ਵਰਤ ਸਕਦਾ ਦੇਖੋ ਪਿਛਲੀ ਕਿਸੇ ਕਲਾਸ ਦੇ ਵਿੱਚ ਆਪਾਂ ਨੇ ਕਰਵਾਇਆ ਸੀ ਕਿ ਰਾਸ਼ਟਰਪਤੀ ਤਿੰਨ ਵੀਟੋ ਪਾਵਰਸ ਨੂੰ ਵਰਤ ਸਕਦਾ ਹੈਗਾ ਜਿਹੜਾ ਵੀ ਬਿਲ ਆਉਂਦਾ ਹੈਗਾ ਠੀਕ ਹੈ ਉਹਨੂੰ ਕਾਨੂੰਨ ਬਣਨ ਤੋਂ ਪਹਿਲਾਂ ਰਾਸ਼ਟਰਪਤੀ ਦੇ ਸਾਈਨ ਵਣਨੇ ਸਾਈਨ ਹੋਣੇ ਹੁੰਦੇ ਨੇ ਤਾਂ ਰਾਸ਼ਟਰਪਤੀ ਆਪਣੀ ਮਰਜ਼ੀ ਦੇ ਅਨੁਸਾਰ ਸਾਈਨ ਕਰਦਾ ਹੈ ਤੇ ਉਹਨਾਂ ਦੇ ਉੱਤੇ ਵੀਟੋ ਪਾਵਰ ਦਾ ਯੂਜ਼ ਕਰ ਸਕਦਾ ਹੈ ਕਿ ਉਸ ਉੱਤੇ ਸਾਈਨ ਨਹੀਂ ਕਰਨੇ ਜਾਂ ਰੋਕਣਾ ਹੈ ਉਸ ਨੂੰ ਜਾਂ ਫਿਰ ਦੁਬਾਰਾ ਨਿਰੀਖਣ ਵਾਸਤੇ ਭੇਜਣਾ ਹੈ ਤਾਂ ਕਿਸ ਬਿੱਲ ਦੇ ਉੱਤੇ ਇਹਨਾਂ ਚਾਰ ਬਿੱਲਾਂ ਦੇ ਵਿੱਚੋਂ ਕਿਸ ਬਿੱਲ ਦੇ ਉੱਤੇ ਰਾਸ਼ਟਰਪਤੀ ਆਪਣੀ ਵਿਟੋ ਪਾਵਰ ਦਾ ਇਸਤੇਮਾਲ ਨਹੀਂ ਕਰ ਸਕਦਾ ਤਾਂ ਦੇਖੋ ਆਪਸ਼ਨ A ਵਿੱਤੀ ਬਿੱਲ B ਸਧਾਰਨ ਬਿੱਲ C ਧੰਨ ਬਿੱਲ D ਸਾਰੇ ਹੀ ਦੇਖੋ ਸਾਰੇ ਤਾਂ ਹੋ ਹੀ ਨਹੀਂ ਸਕਦਾ ਕਿਉਂਕਿ ਵਿਟੋ ਪਾਵਰ ਜੇਕਰ ਬਰਤਨੀਆਂ ਤਾਂ ਫਿਰ ਕਿਸੇ ਨਾ ਕਿਸੇ ਵਿਲਤਤਾ ਵਰਤਨੀ ਹੋਏਗੀ ਤਾਂ ਦੇਖੋ ਕਿਸ ਬਿੱਲ ਦੇ ਉੱਤੇ ਬੀਟੋ ਪਾਵਰ ਨਹੀਂ ਵਰਤੀ ਜਾ ਸਕਦੀ ਉਹ ਹੈ ਜੀ ਆਪਸ਼ਨ ਸੀ ਤਨ ਬਿੱਲ ਦੇ ਉੱਤੇ ਤਨ ਬਿੱਲ ਦੇ ਉੱਤੇ ਕਿਉਂ ਨਹੀਂ ਵਰਤੀ ਜਾ ਸਕਦੀ ਬੀਟੋ ਪਾਵਰ ਤੁਸੀਂ ਦੇਖੋ ਕਿ ਮੰਨ ਲਓ ਕਿਸੇ ਵੀ ਤਰ੍ਹਾਂ ਦਾ ਕੋਈ ਸੰਕਟ ਆਏਗਾ ਦੇਸ਼ ਦੇ ਉੱਤੇ ਕਹਿ ਸਕਦੇ ਹਾਂ ਨਾ ਜਾਂ ਕਿਸੇ ਵੀ ਸੂਬੇ ਕਿਸੇ ਵੀ ਤਰ੍ਹਾਂ ਦਾ ਤਾਂ ਕੋਈ ਸੰਕਟ ਆਇਆ ਮਹਾਮਾਰੀ ਫੈਲੀ ਸੀ ਜਿਸ ਤਰ੍ਹਾਂ ਜਾਂ ਕੋਈ ਹੜ੍ਹ ਜਾਂ ਕਿਸੇ ਵੀ ਤਰ੍ਹਾਂ ਦੀ ਜਾਂ ਕੋਈ ਲੜਾਈ ਲੱਗਣਾ ਕਿਸੇ ਵੀ ਤਰ੍ਹਾਂ ਦਾ ਮੰਨ ਲਓ ਉਸ ਚੀਜ਼ ਵਾਸਤੇ ਪੈਸੇ ਦੀ ਜ਼ਰੂਰਤ ਹੈ ਠੀਕ ਹੈ ਤੇ ਰਾਸ਼ਟਰਪਤੀ ਆਪਣੇ ਵੀਟੋ ਪਾਵਰ ਦਾ ਵਰਤੋਂ ਕਰਕੇ ਉਹ ਚੀਜ਼ ਨੂੰ ਰਿਲੀਜ਼ ਨਾ ਕਰੇ ਉੱਥੋਂ ਠੀਕ ਹੈ ਤੁਹਾਨੂੰ ਤਾਂ ਬਿਲ ਨੂੰ ਉੱਥੇ ਹੀ ਦੀ ਰੋਕ ਦੇ ਮਤਲਬ ਕਿ ਉਸ ਨੂੰ ਫੰਡ ਜਾਰੀ ਨਾ ਕਰੇ ਇਸ ਤਰ੍ਹਾਂ ਉਹ ਰੋਕ ਦੇ ਤਾਂ ਦੇਖੋ ਕਿੰਨਾ ਨੁਕਸਾਨ ਹੋ ਜਾਣਾ ਹੈ ਤਾਂ ਇਸ ਬਿਲ ਦੇ ਉੱਤੇ ਰਾਸ਼ਟਰਪਤੀ ਆਪਣੀ ਵੀਟੋ ਪਾਵਰ ਦੀ ਵਰਤੋਂ ਨਹੀਂ ਕਰ ਸਕਦਾ ਉਸ ਦੇ ਉੱਤੇ ਸਾਈਨ ਕਰਨੇ ਹੀ ਪੈਣਗੇ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ B ਦੇ ਵੱਲ ਹੇਠ ਲਿਖਿਆਂ ਵਿੱਚੋਂ ਰਬੀ ਦੀ ਫਸਲ ਕਿਹੜੀ ਹੈ ਇੱਕ ਰਬੀ ਦੀ ਫਸਲ ਹੁੰਦੀ ਹੈ ਇੱਕ ਖਰੀਫ ਦੀ ਜਿਹੜੀ ਰਬੀ ਦੀ ਫਸਲ ਹੁੰਦੀ ਹੈ ਉਸ ਨੂੰ ਹਾੜੀ ਦੇਖੋ ਰਬੀ ਦੇ ਵਿੱਚ ਦੋ ਅੱਖਰ ਨੇ ਰਬੀ ਰਬੀ ਨੂੰ ਕਹਿ ਸਕਦੇ ਹਾਂ ਹਾੜੀ ਇਸ ਤਰ੍ਹਾਂ ਤੁਸੀਂ ਯਾਦ ਕਰ ਸਕਦੇ ਹੋ ਜਿਹੜੀ ਹੁੰਦੀ ਹੈ ਖਰੀਫ ਖਰੀਫ ਦੇ ਵਿੱਚ ਤਿੰਨ ਫਸ ਤਿੰਨ ਅੱਖਰ ਪੈਂਦੇ ਨੇ ਤੇ ਸੌਣੀ ਵੀ ਤਿੰਨ ਅੱਖਰ ਪੈਂਦੇ ਨੇ ਠੀਕ ਹੈ ਜਿਹੜੀ ਸੌਣੀ ਹੁੰਦੀ ਹੈ ਉਹ ਹੁੰਦੀ ਹੈ ਜੀ ਖਰੀਫ ਰਬੀ ਹੁੰਦੀ ਹੈ ਜਿਹੜੀ ਉਹ ਹੁੰਦੀ ਹੈ ਹਾੜੀ ਠੀਕ ਹੈ ਤਾਂ ਦੇਖੋ ਇਹਨਾਂ ਦੇ ਵਿੱਚੋਂ ਤੁਸੀਂ ਨੇ ਦੱਸਣਾ ਹੈ ਕਿ ਰbbi ਦੀ ਫਸਲ ਕਿਹੜੀ ਹੈ ਹੇਠ ਲਿਖਿਆਂ ਦੇ ਵਿੱਚੋਂ ਆਪਸ਼ਨ A ਕਣਕ B ਚਾਵਲ C ਕਪਾਹ D ਮੂੰਗਫਲੀ ਤਾਂ ਜਿਹੜਾ ਰਾਈਟ ਆਨਸਰ ਹੈਗਾ ਉਹ ਦੇਖੋ ਜੀ ਤੁਸੀਂ ਹਾੜੀ ਦੀ ਫਸਲ ਕਿਹੜੀ ਹੈ ਇਹਨਾਂ ਦੇ ਵਿੱਚੋਂ ਉਹ ਹੈ ਜੀ ਕਣਕ ਹਾੜੀ ਦੀ ਫਸਲ ਕਣਕ ਹੈ ਬਾਕੀ ਇਹ ਤਿੰਨੋਂ ਸੌਣੀਆਂ ਦੀਆਂ ਫਸਲਾਂ ਨੇ ਜਾਂ ਕਹਿ ਸਕਦੇ ਹਾਂ ਖਰੀਫ ਦੀਆਂ ਫਸਲਾਂ ਨੇ ਇਹ ਤਿੰਨੋਂ ਠੀਕ ਹੈ ਜਿਹੜਾ ਰਾਈਟ ਆਨਸਰ ਹੈਗਾ ਆਪਸ਼ਨ A ਹੈਗਾ ਕਣਕ ਰੱਬੀ ਦੀ ਫਸਲ ਹੈ ਠੀਕ ਹੈ ਸੋ ਤੁਸੀਂ ਜੇਕਰ ਸਟੱਡੀ ਨੋਟਸ ਪ੍ਰਾਪਤ ਕਰਨਾ ਚਾਹੁੰਦੇ ਹੋ ਕਿਸੇ ਵੀ ਇਗਜ਼ਾਮ ਦੇ ਵਾਸਤੇ ਤਾਂ ਤੁਸੀਂ ਕੀ ਕਰਨਾ ਹੈ Google ਦੇ ਵਿੱਚ ਜਾਣਾ ਹੈਗਾ ਸਰਚ ਕਰ ਲੈਣਾ ਹੈਗਾ ਪੰਜ ਆਪ ਸਟਡੀ ਉੱਥੇ ਤੁਹਾਨੂੰ ਆਪਣੀ ਵੈਬਸਾਈਟ ਮਿਲ ਜਾਏਗੀ ਹਾਂ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਸਬਜੈਕਟ ਵਾਈਜ਼ ਨੋਟਸ ਰੀਡ ਕਰ ਸਕਦੇ ਹੋ ਤੇ ਨਾਲ ਹੀ ਜੇਕਰ ਤੁਸੀਂ ਕਿਸੇ ਵੀ ਇਗਜ਼ਾਮ ਦੀ ਤਿਆਰੀ ਕਰ ਰਹੇ ਹੋ ਪਲੇਲਿਸਟਾਂ ਦੇ ਵਿੱਚ ਜਾ ਕੇ ਤੁਸੀਂ ਆਪਣੀਆਂ ਵੀਡੀਓਜ਼ ਨੂੰ ਦੇਖ ਸਕਦੇ ਹੋ ਮੈਥ ਰੀਜ਼ਨਿੰਗ ਪੰਜਾਬ ਜੀਕੇ ਤੇ ਇਸ ਦੀਆਂ ਵੀ ਪਿਛਲੀਆਂ 8 ਕਲਾਸਾਂ ਨੂੰ ਜ਼ਰੂਰ ਦੇਖ ਲੈਣੇਗਾ ਤੁਸੀਂ ਨੇ ਤੇ ਨਾਲ ਹੀ ਕੋਈ ਵੀ ਅਪਡੇਟ ਆਉਂਦੀ ਉਸ ਦੀ ਸੂਚਨਾ ਆਪਣੇ ਚੈਨਲ ਦੇ ਉੱਤੇ ਦਿੱਤੀ ਜਾਂਦੀ ਹੈ ਤੇ ਤੁਸੀਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾਗਾ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਵੀਡੀਓ ਨੂੰ ਲਾਈਕ ਕਰਕੇ ਜਾਣਾ ਤੇ ਆਪਣੇ ਦੋਸਤਾਂ ਦੇ ਨਾਲ ਜ਼ਰੂਰ ਸ਼ੇਅਰ ਕਰ ਦਿਓ ਤੇ ਲਾਸਟ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਨੇ ਕਿ ਇਹਨਾਂ ਦੇ ਵਿੱਚੋਂ ਕਿੰਨੇ ਕੁਐਸਚਨ ਨੇਗੇ ਜਿਹੜੇ ਤੁਹਾਡੇ ਸਹੀ ਸੀਗੇ ਹੁਣ ਤੱਕ ਵੀਡੀਓ ਦੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ